صلواتك عليه وعلى آبائه في أول الساعة وفي كل ساعة ساعة الليل والنهار ولي وحافظ قائد وناصر دائما معنا عطاء تسكنه ولك دعوان وتمتعه فيها وتريها رب صلى الله على محمد وعلى محمد وعلى الفرج وعلى محمد يا كان على محمد أدركني 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 في سبيل الله رب صلى الله على محمد وعلى محمد وعلى الفرج وعلى محمد بآواز بلند صلوات ਸਲਵਾਤ ਪੜਨਾ ਅਜ਼ੀਮ ਵਦ ਤੇ ਜ਼ੁਬਾਨਾਂ ਮੁਅੱਤਰ ਕਰੋ ਨਾਲ ਦਰੂਦ ਦੇ ਬਾਵਾ ਜੀ ਬਲੰਦ ਸਲਵਾ ਨਾਰੇ ਤਕਬੀਰ ਖਾਲਿਕ ਦਾ ਨਾਮ ਬੁਲੰਦੇ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ ਬਾਵਾ ਜੀ ਬਲੰਦ ਨਾ ਜਾਓ ਨਾਰੇ ਤਕਬੀਰ ਨਾਰੇ ਰਿਸਾਲਤ ਨਾਰੇ ਰਿਸਾਲਤ ਨਾਰੇ ਹੈਦਰੀ ਸੁਲੇਮਾਨ ਨਾਰਾ ਹੈਦਰੀ ਆਰੂਗਾਜ਼ਾ ਨਾਰਾ ਹੈਦਰੀ ਫਲਕ ਸ਼ਰਾਫ ਨਾਰਾ ਹੈਦਰੀ ਬਾਬਾ ਜੀ ਬੁਲਾ ਨਾਰਾ ਹੈਦਰੀ ਹੱਥ ਬੁਲੰਦ ਕਰਕੇ ਨਾਰਾ ਹੈਦਰੀ ਥੋੜੇ ਜਿਹਾ ਜ਼ੋਰ ਲਾ ਕੇ ਨਾਰੇ ਹੈਦਰੀ ਜ਼ਿੰਦਾ ਸਲਾਮਤ ਸਭ ਤੋਂ ਪਹਿਲੇ ਦੁਆ ਹੈ ਖਾਲਕ ਕਾਇਨਾਤ ਬੇਨਿਆਜ਼ ਬਾਦਸ਼ਾਹ ਤੋਂ ਸਭ ਤਮਾਮ ਮੁਮਿਨੀਨ ਮੁਮਿਨਾਤ ਦਾ ਇਸ ਦਰਬਾਰੇ ਅਜ਼ੀਮ ਇਸ ਦੁਆਇਆ ਅੱਲਾਹ ਤਾਲਾ ਤੇਰੀ ਬਾਰਗਾਹ ਚ ਕਬੂਲ ਫਰਮਾਵੇ ਆਮੀਨ ਸਾਰੇ ਕਿਹਾ ਬਈ ਮਜਲਿਸ ਦਾ ਮਕਸਦ ਹੈ ਦੁਆ ਮੰਗਣਾ ਕਬੂਲੀਅਤ ਦੇ ਦੋ ਵਕਤ ਹਨ ਇੱਕ ਜਦੋਂ ਤੁਸੀਂ ਸਾਰੇ ਮੁਸੱਲੇ ਤੇ ਆਉਂਦੇ ਹੋ ਦੂਜਾ ਜਦੋਂ ਮਜਲਿਸ ਹੁਸੈਨ ਚ ਆਉਂਦੇ ਹੋ ਭਾਈ ਗੁਰੂ ਫਰਮ ਦੋ ਵਕਤ ਹਨ ਕਬੂਲੀਅਤ ਦੇ ਤੇ ਬੰਦਾ ਅਮੀਨ ਨਾ ਆਖੇ ਤੇ ਵੱਧ ਉਹਦੀ ਮਰਜ਼ੀ ਦੀ ਬਾਤ ਤੇ ਕਬੂਲੀਅਤ ਦੇ ਵਕਤ ਦੋ ਹੈ ਇੱਕ ਮਜਲਿਸ ਹੁਸੈਨ ਇੱਕ ਜਦਾਂ ਬਾਹਰ ਗਏ ਇਲਾਈ ਚ ਹਾਜ਼ਰ ਹੁੰਦੇ ਹੋ ਦੋ ਵਕਤ ਹਨ ਅਤੇ ਕਬੂਲੀਅਤ ਦੇ ਵਕਤ ਹਨ ਔਰ ਹੁਸੈਨ ਦੀ ਮਜਲਿਸ ਐਸੀ ਹੈ ਜਿੱਥੇ ਦੁਆ ਬਾਅਦ ਵਿੱਚ ਮੰਗੀ ਰਹਿੰਦੀ ਹੈ ਕਬੂਲ ਪਹਿਲੇ ਲਿਹਾਜ਼ਾ ਮੈਂ ਦੁਆ ਮੰਗ ਸਕਦਾ ਤੁਸੀਂ ਅਮੀਨ ਕਹਿ ਮਾਲਿਕ ਖਾਲਿਕ ਤੁਸੀਂ ਸਾਰੇ ਮੋਮਿਨ ਮੋਮਿਨਾਤ ਦਾ ਟੁਰ ਆਇਆ ਮਾਲਿਕ ਆਪਣੀ ਬਾਰਗਾਹ ਚ ਕਬੂਲ ਫਰਮਾ ਬਾਨੀਆਂ ਦਾ ਪਰਖਲੂਸ ਹੈ ਤਮਾਮ ਨੌਕਰੀ ਨਿਆਜ਼ ਔਰ ਹਦੀਆ ਪਾਕ ਮਖਦੂਮੇ ਕੌਨੈਨ ਆਪਣੀ ਬਾਰਗਾਹ ਚ ਕਬੂਲ ਫਰਮਾ ਜਿਤਨੇ ਹਾਜ਼ਰ ਬੈਠੇ ਮੋਮਿਨ ਮੋਮਿਨਾਤ ਜਿਹੜੇ ਜਿਹੜੇ ਨੇ ਖੁਆਇਸ਼ਾਂ ਗਿਣ ਕੇ ਦਰਬਾਰੇ ਹੁਸੈਨੀ ਤਸ਼ਰੀਫ ਫਰਮਾਏ ਨੇ ਮਾਲਿਕ ਜਿਹੜੇ ਹਦੂਦੀ ਸ਼ਰੀਅਤ ਦੇ ਅੰਦਰ ਜਾਇਜ਼ ਦਿਲੀ ਮਕਾਸਦ ਪੂਰੇ ਫਰਮਾਓ ਬਾਨੀਆਂ ਦੇ ਜਿਤਨੇ ਲਵਾਇਕੀਨ ਮਰਹੂਮੀਨ ਇਸ ਪਾਣੀ ਦਾ ਹੱਥ ਟੁੱਟ ਗਏ ਮਾਲਿਕ ਦਰਜਾਤ ਬੁਲੰਦ ਫਰਮਾਓ ਇਸ ਜ਼ਿਕਰ ਦਾ ਸਦਕਾ ਮਾਲਿਕ ਮਰਹੂਮੀਨ ਨੂੰ ਆਲਾ ਅਲੀ ਦੀ ਜਗ੍ਹਾ ਨਸੀਬ ਫਰਮਾਓ ਜਿਹੜੇ ਦੇ ਔਲਾਦ ਦੇ ਮਾਲਿਕ ਜ਼ਿੰਦਗੀਆਂ ਦੇ ਬੈਠੇ ਤਾ ਫਰਮਾਓ ਜਿਹੜੇ ਬਿਮਾਰ ਦੇ ਮਾਲਿਕ ਸਿਹਤ ਦੇ ਕੰਮ ਲੋ ਅਜਲਾ ਤਾ ਫਰਮਾਓ ਮੌਲਾ ਕਨਾਤ ਬਾਨੀਆਂ ਨੂੰ ਦਿਨ ਤੁਗਨੀ ਰਾਤ ਚੌਗਨੀ ਤਰੱਕੀ ਨਸੀਬ ਫਰਮਾਓ ਮਾਲਿਕ ਤੋਂ ਸਾਰੇ ਦੇ ਘਰ ਤੇ ਆਪਣੇ ਨਾਮ ਤੋਂ ਖਾਸ ਰਜ਼ੂਲ ਫਰਮਾਓ ਮੈਂ ਨਾ ਚੀਜ਼ ਦੇ ਕਦਮ ਅਲਫਾਜ਼ ਬਾਰ ਗਾਇ ਰੱਬ ਇੱਜ਼ਤ ਵਿੱਚ ਇਬਾਦਤ ਸ਼ੁਮਾਰ ਹੋਏ ਜ਼ਿੰਦਗੀ ਭਰ ਦੁਆ ਕੀ ਤਾ ਕਰੋ ਹਰ ਦਿਨ ਪਰ ਹਰ ਮਹਿਫਲ ਵਿੱਚ ਹਰ ਪਾਕ ਮਹਿਫਲ ਵਿੱਚ ਗੁਰੂ ਫਾਮ ਭਾਈ ਮੈਂ ਦੁਆ ਮੰਗਦਾ ਰਹਿਣਾ ਚੰਗੀ ਪਿਆਰੀ ਤੇ ਸੋਹਣੀ ਦੁਆ ਵਕਾਸ ਭਾਈ ਪਿਆਰੀ ਦੁਆ ਹੈ ਲੱਖਾਂ ਦੀ ਇੱਕ ਦੁਆ ਹੈ ਕਿਹੜੀ ਜ਼ਿੰਦਗੀ ਭਰ ਦੁਆ ਕੀ ਤਾ ਕਰੋ ਮਰੀਏ ਹੁਸੈਨ ਹੁਸੈਨ ਕਰੇ ਦੇ ਉਠੀ ਵੀ ਹੈ ਅਲੀ ਅਲੀ ਕਰੇਂਗੇ ਬਿਨਾ ਵਜੂਦ ਕੇ ਸਰ ਜੋ ਕਲਾਮ ਕਰਤਾ ਹੈ ਮੈਂ ਸਦਕੇ ਜਾਵਾਂ ਹੱਥ ਦਿਖਾ ਦੋ ਇਹਨਾਂ ਹੱਥ ਦਿਖਾ ਅੱਛਾ ਅਈ ਵਾਹ ਵਾਹ ਭਾਈ ਵਾਹ ਕੀ ਬਾਤ ਹੈ ਭਾਈ ਤੁਹਾਡੀ ਜ਼ਿੰਦਗੀ ਹੋਵੇ ਬਿਨਾ ਸਦਕੇ ਹੈਦਰੀ ਬਿਮਾਰੀ ਵਾਲੇ ਜਦੋਂ ਧੜ ਨਾਲ ਨਾ ਹੋਵੇ ਤੇ ਸਰ ਕਲਾਮ ਕਰੇ ਬਸ ਉਸ ਕਲਾਮ ਦੀ ਜਿਹੜੀ ਇੱਜ਼ਤ ਹੁੰਦੀ ਹੈ ਅਗਲੀ ਸੱਤਰ ਤੇ ਮੈਂ ਪੜ ਸਕ ਪਤਾ ਲੱਗ ਸੀ ਮੈਂ ਕਿਤਨੀ ਨੌਕਰੀ ਲਿਆਉਣੀ ਹੈ ਬਿਨਾ ਵਜੂਦ ਕੇ ਬਿਲਾ ਤਸ਼ਵੀ ਬਿਨਾ ਵਜੂਦ ਕੇ ਸਰ ਜੋ ਕਲਾਮ ਕਰਤਾ ਹੈ ਜਿਹੜੇ ਬੈਠੇ ਕਰੋ ਤੈਨੂੰ ਫਿਰ ਹੱਥ ਲੱਭਿਆ ਬਿਨਾ ਵਜੂਦ ਕੇ ਸਰ ਜੋ ਕਲਾਮ ਕਰਤਾ ਹੈ ਫਿਰ ਉਸ ਕਲਾਮ ਕੋ ਅੱਲਾ ਸਲਾਮ ਕਰਤਾ ਹੈ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਸਦਕੇ ਭਾਈ ਸਦਕੇ ਸਦਕੇ ਭਾਈ ਕੀ ਬਾਤ ਹੈ ਹੱਥ ਨਹੀਂ ਖੈਰ ਇਹਨਾਂ ਹੱਥ ਨਹੀਂ ਖੈਰ ਹੋਏ ਹੱਥ ਉੱਚੇ ਹੋਵੇ ਹੱਥ ਸਲਾਮਤ ਰਹੇ ਹੈਦਰੀ ਬਿਨਾ ਵਜੂਦ ਕੇ ਸਰ ਜੋ
کیوں کلام کرتا ہے، پھر اس کلام کو اللہ سلام کرتا ہے۔ جہان بھر کے یزیدوں کا ہر زمانے میں فقط حسین ہی جینا حرام کرتا ہے۔ کیا بات ہے، تھوڑی دنیا بڑی جا یا تھوڑی دنیا بڑی سنیے، میں پڑھنا چاہنا چونکہ کہ نہیں دو سترہ خود دی وضاحت کر سکتے۔ پڑھا حسین کے سر نے قرآن نے زفا، اے دو سو سنی ہوئی ہے، ستر ستر تبدیل کر کے آپ توجہ میرے پاس کرائے، عقیدے دی منزل بلند ہے تواڈی۔ میں جا کہا پڑھا قرآن کے سر نے قرآن نے زفا، پڑھا قرآن کے سر نے قرآن نیزے پر، یزید سوچ رہا ہے کہ پھر کٹا کیا ہے۔ بھائی کیا بات ہے تمہارے بولن دی، کیا ایک بار یہ سترہ سن گئی ہے؟ لیکن میں جب یہ سترہ واسطے محنت کی تھی، میں ہڑو پڑی، میں کہ پڑھا حسین کے سر نے، گل ہی کہی ہے پڑھا قرآن کے سر نے یا پڑھا حسین کے سر نے۔ چلو نوکے سنا پہ کر کے، نوکے سنا پہ کر کے تلاوت بتا دیا، ٹوٹا نہیں قرآن سے رشتہ حسین کا۔ تھوڑی خیر ہو گیا، زندگی اعتراض بھائی کیا بات ہے، تمہارے بول رہے سر کے ساڈے تے اعتراض ہو گیا بھائی، کس گل کا؟ میں دو سترہ بھوان والے تین تحفہ دینا پیا، توجہ نوکر دے پاس کرائے بھائی جان، ساڈے تے اعتراض ہوتا ہے کیڑا بھائی؟ یہ شیعہ خیر البریہ فقہ جعفریہ علی ان ولی اللہ پڑھن والے، یہ حسین بادشاہ نال وکری محبت مودت عقیدت، حسین بادشاہ دی معرفت دل وچ گھر چومن، یا حسین یا حسین، بارگاہ ہوویں اللہ دے گھر چومن، مصلی تے ہوویں، گھر گلی کوچہ بازار جس مقام تے ہوویں، یا حسین یا حسین، انہاں دا وکرا عشق حسین نال۔ آ میرا بھی جے اس گل تے سارے تے اعتراض کردا نا، جو حسین نال ساڈا عشق ہے، بس سارے تے اعتراض نہ کر، سارے تے فتوی نہ لا۔ آ میں تینوں دساواں، سجدہ رکا ہوا ہے، سجدہ رکا ہوا ہے، سجدہ رکا ہوا ہے، شاہ قبلتین کا فتویٰ لگا رسول پہ عشق حسین کا۔ اور خیر ہوئی ہے تیرے ہاتھوں کی خیر، لبیک یا حسین، بولی جی جی جی، چار افضل ایک مقام پہ اکٹھے ہوئے نا، مسجد نبوی، محمد مصطفیٰ، اللہ دی نماز، نماز دا افضل رکن سجدہ۔ ساڈے تے فتوی نہ لا، آ میں تینوں دساواں، سجدہ رکا ہوا ہے، سانو رسول دسے جو حسین نال عشق کرنا ہے، سجدہ رکا ہوا ہے۔ توجہ بھائی، کیویں سجدہ رکیا ہے؟ حسین بادشاہ بال نہیں رسول دی آل ہے، بال نہیں آل ہے، اور اگلی گلے بھی یاد رکھے، حسین بادشاہ مسجد اچ کھیڈن نہیں آئے، نماز پڑھنا ہے۔ حسین تو بڑا نماز ہی تو دیکھا، کوئی ہے ممبر دی عظمت دی قسم، اے تو حسین اپنے مزاج دا مسلح ڈھونڈے ہے۔ سب کے ڈاوا کیا بات ہے، بہن والا تھری نانی دی پشت سوار ہوئے، سجدہ رکا ہوا ہے، شاہ قبلہ تو ان کا فتوا لگا رسول پہ عشق حسین کا۔ اے میں گل کیتی ہے حسین بادشاہ دی عظمت۔ چلو جڑے یا حسین آکھ دین، انہوں نے میں انہوں دی فضیلت دساواں، توجہ میرے پاس کرائے۔ چھ مصرے پڑھنے جی، سترہ پڑھنی ہیں، دیکھا ہے نوکر دے پاسے، کچھ زائرین گئے ہیں، کچھ واپس آ رہے ہیں، کچھ اوتھے محرم کیتا ہے، کچھ اچھے لم کرنا ہے۔ مالک سارے نو لے آوے حسین بادشاہ دی زبان تے، ٹھیک ہے؟ مومن دی اتھے جا کے دو خواہشات ہیں بھائی جان، دو خواہشیں مومن دیاں،
کربلا جا کے پہلی خواہش میں حسین دی زلی دا سلام کراں سچ ہے بھائی سچ ہے سچ ہے سچ ہے دوسری خواہش میں 217 دسن لگا سچ ہو مر کی ٹر جاندا ہے کردا کیا ہے میں پیادہ ایک بے کفن کے شہر کا ایک بے کفن کے شہر کا اعجاز دیکھیے ہر شخص چاہتا ہے کفن کربلا کا ہو انجے گل ہے چلو ویڈیو ہو رہی ہے یا لائیو چل رہا ہے ٹھیک ہے جی پوری دنیا ویکھن والی ہے مدثر اقبال جھامرے والا بھوانے بارگاہ وچ کھڑو کے ممبر حسین تے ہاتھ رکھ کے پیادہ مسلمان خرچہ میں کردا دکان تے میں لے وینا جتھے تو آکھ تن میں لے وینا عزادار علی ہمت توں چکا سچ کہے ہر شخص چاہتا ہے کفن کربلا کا ہو مسلمان مدثر اقبال پیا دی خرچہ میں کردا دکان تے میں لے وینا جتھے تو آکھ خرچہ میں کردا عزادار علی ہمت توں کر کیڑی ہمت نہیں کسی کی عزادار کے سوا اپنا کفن جو موت سے پہلے خرید لے ہمت ہے میں چیلنج نال پیادہ مسلمان خرچہ میں کرنا واہ بھائی واہ واہ بھائی واہ میں سجدے نال ہاتھ نشان لیا اے نال ہاتھ نشان لیا کسی کتے دے موت آ جاوے خرچہ مولا سرکار کر دے مسلمان حیدری خرچہ میں کرنا ہمت کا عزادار علی ہمت نہیں کسی کی عزادار کے سوا اپنا کفن جو موت سے پہلے خرید لے چل میں مومن موالی بیٹھا میں قبر دسنا چاہنا قبر کیا ہے گلفام بھائی وکاس بھائی بسم اللہ آؤ جی بسم اللہ بزرگ بسم اللہ زندگی ہوئے قبر کیا ہے مومن واسطے کیا ہے منکر واسطے کیا ہے او جے گلفام برا آخری کھلوتے بندے دے ہاتھ بلند نہ ہوئے تو میں در رضا تو خیرات پینی کوئی نہیں توجہ دا تعلیمہ عزادار نے زکیہ میں نوکر لیکن توجہ شرطے میں پیدا منکر کے لیے قبر اندھیری سی گلی ہے منکر کے لیے قبر اندھیری سی گلی ہے چاہتا جی میں پھر آگ دینا منکر کے لیے قبر اندھیری سی گلی ہے مومن کے لیے حجرہ دیدار علی ہے صدقے بھائی اے نا طریقہ ہوئی اے نا طریقہ اے نا طریقہ بسم اللہ کرو سارے بولے نال یاد رکھی مسلمان میں شرم مصطفیٰ کو منانے کے واسطے میں شرم مصطفیٰ کو منانے کے واسطے ہر شخص کو پڑے گی ضرورت حسین کی ہے تواڈی زندگی دراز ہوے تواڈے ویڑے وسے بھائی دا حکم ہی حکم دی تعمیل ہو گئی وعدہ وفا ہو گیا تواڈی زیارت ہو گئیاں قصیدہ میں جی جی ڈوم سیدا اونی سفر پڑھنا ہے انشاءاللہ بشر زندگی 14-15 شعبان بشر تے زندگی بھائی جان نوکری ہو سی 5 ربیع الاول بشر تے زندگی انشاءاللہ نوکری ہو سی مالک تواڈی معاف فرمائے جیڑی جیڑی جے زندگی ہے تے حسین دی نوکری کرنی ہے اے جی تے میں جناب نو بڑے پیارے انداز نال قصیدہ سناواں لین جانے مولا حسین جانے توجہ دا طالبہ سر چویا تو ذہن بیدار کرا ہے قصیدہ حسین بادشاہ دی عظمت دا پڑھن لگا ٹھیک ہے چونکہ ابتدا بھی کیتی حسین بادشاہ دی عظمت تو تے قصیدہ بھی حسین بادشاہ دی عظمت دا پڑھن لگا لکھا نوکر دے پاسے جڑا قصیدہ تلاوت کرن لگا اس قصیدے تے تواڈے نوکر نو اس شعبان المعظم دے پاک مہینے بھیجا مالکہ دے کرم نال مالکہ دو میڈل عطا کیتے ایک گجراں والے شہر چوں ایک چکشیاں راول پنڈی چو تو میں جناب دے سامنے تلاوت کرنا چاہنا تہاڈا بولن میرے واسطے میڈل ہے بلکہ ماتمی عزادار دی جڑی جتی دی دھوڑ ہے مدثر اقبال دے سر دا تاج ہے پہلے میں آپ ماتمی ہاں عزادار ہاں پیچھے میں ذاکر ہاں لو جی اے سرائیکی دیئے 4-17 دینے چاہ گئے سناواں کہ شاعر لکھی ہیں او آدھے حسین جگدہ او بادشاہ زمان بھر دے جدی عطا ہے حسین جگدہ او بادشاہ زمانے بھرتے جنی عطا ہے خدا دے پکڑے حسین چھوڑے اجامی پوچھتا ہے حسین کیا ہے اجامی پوچھتا ہے
हुसैन क्या है, जेड़ा दिन हुसैन क्या है, मैं उन्होंने जवाब देने लगा तवज्जो का तालिबा सर चवे तो जहन बेदार कराए, आखिरी बंदे तई सर चो जहन बेदार करो, जेड़ा दिन हुसैन क्या है उन्होंने मैं देने लगा जवाब लैन जाने मौला हुसैन जाने सारे की इजाजत है जनाब सुनावा पिछले लगे सुनाव जनाब को ये मुस्तफा कलाल है ये किबरिया का राज है ये मुस्तफा कलाल है ये किबरिया का राज है ये मुस्तफा का राज है ये किबरिया का राज है ये मुस्तफा का राज है ये किबरिया का राज है ये मुस्तफा का राज है ये किबरिया का राज है ये मुस्तफा का राज है ये किबरिया किबरिया का राज है ये मुस्तफा का राज है ये मुस्तफा का राज है ये किबरिया का राज है ये मुस्तफा का राज है ये किबरिया का राज है ये मुस्तफा का राज है ये किबरिया का राज है ये मुस्तफा का राज है ये किबरिया का राज है नबियों की वलियों की हुसैन ही नमाज है ये मुस्तफा का राज है ये किबरिया का राज है ये मुस्तफा का राज है ये किबरिया का राज मुस्तफा का नाज है ये किबरिया का राज है ये मुस्तफा का नाज है ये किबरिया का राज है ये मुस्तफा का नाज है ये किबरिया का राज है ये मुस्तफा का नाज है ये किबरिया का राज है ये मुस्तफा का नाज है ये किबरिया का राज है नबियों की वलियों की हुसैन ये नमाज है मिसले कुरान रब ने उतारा हुसैन है मिसले कुरान रब ने उतारा हुसैन है रब को कायनात से प्यारा हुसैन है कायनात से प्यारा हुसैन है रब को तो कायनात से प्यारा हुसैन है रब को तो कायनात से प्यारा हुसैन है हमारा लै सत्तर जिस समय मैजन में ले गई मैं हूं तलावत कर लगा प्यारा हुसैन है रब को तो कायनात क्या बात है भाई जिंदगिया 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 जी 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 जिंदगिया दास जिंदगिया दास कुल अंबिया की आग का तारा उजाल है कुल अंबिया की आग का तारा उजाल है हिंदू भी कह रहे हैं हमारा हुसैन है हिंदू भी कह रहे हैं हमारा हुसैन है हिंदू भी कह रहे हैं हमारा हुसैन है ये तीसरा जमीन पे इमाम के फूल है ये जीजरा जमीन पे महमद कबूल है ये भक्त है ये दीन है असली असूल है बाबा अली वली है तो अम्मा बतूल है यूं चूम के हुसैन का बोला रसूल है क्या बात है भाई जिंदगिया बिस्मिल्लाह कर वसदे रहो मैं दसना चाहना अरशा फरशा तो खुश नसीब कौन है थोड़ी जी दो माइक इको दो भाई जान जिंदगी अरशा फरशा ते खुश नसीब कौन है आखिरी बने दई तवज्जो ना तालिबा सरचो मैं कह गया कि हाँ हाँ वो खुश नसीब है जिसे इश्क का दर मिले राहत को इस करीम के दर से पिसर मिले खुश नसीब है जिसे इश्क का दर मिले राहत को इस करीम के दर से पिसर मिले इसके गदा जमीन पे सब मोतबर मिले को इस करीम के झूले से पर मिले इसके शहर की खाक तो खाके शिफा भी है इसके शहर की खाक तो खाके शिफा भी है मुश्किल कुशा का बेटा है मुश्किल कुशा भी है मुश्किल कुशा का बेटा वाह भाई वाह वाह भाई वाह वाह भाई वाह सदके भाई सदके अंदाज ए जड़ा शेर तलावत कर लगा ए सुनन नाल ज्यादा देखन नाल तल्लक रखता है देखा नौ कंधे पासे आखिरी बने दई तवज्जो दा तालिबा ए शेर देखन नाल
تلک رکھ دے وکھائے نوکر دے پاسے حسین بادشاہ کتنی عزت دے مالک کتنی عظمت دے مالک سچوں میں پیدا ہاں ہاں سجدے میں جے جے محبوب کے دگا ابن مطلب چپے آ کر ہوئے زبا سجدے میں جے جے محبوب کے دگا ابن مطلب چپے آ کر ہوئے زبا سوچا رسول پاک نے خالق میں کیا کروں نور نظر کو پشت سے کیسے جدا میں خدا ہوا ذرا تسبیح بڑھائیے اتنے نہ خود حسین تو مت سر اٹھائیے واہ بھائی واہ واہ بھائی واہ واہ بھائی واہ صدقے 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 سوچا رسول سوچا رسول میں کیا کروں نور نظر کو پشت سے کیسے جدا کروں حکم خدا ہوا ذرا تسبیح بڑھائیے نہ خود حسین تو مت سر اٹھائیے تو جانتا خوب میرے پیارے مصطفیٰ تو جانتا خوب میرے پیارے مصطفیٰ ناراض ہو حسین تو پھر ہے نماز کیا ناراض ہو حسین تو پھر ہے نماز کیا حسین تو پھر ہے نماز آنا ہو حسین تو پھر نماز کیا ناراض ہو ہے نماز کیا اس کی رضا بغیر جو سجدہ کیا تو کیا پنہا اسی کی ذات سجدوں کی ہے بقا رضا بغیر جو سجدہ کیا تو کیا بنا اسی کی ذات میں سجدوں کی ہے بقا سجدے کے احترام میں تو اس کو مت اتار اس کے تو ایک سجدے پہ سجدے سہا روزہ نماز حج بھی اصل کا حسین کا روزہ نماز حج بھی اصل کا حسین کا اسلام کو بچا گیا سجدہ حسین کا صدقے حق علی آباد کشاد رہا بڑی مہربانی قصیدہ بھوانے والے قرآن دی روح نال پڑھن لگا قرآن دی گواہی نال پڑھن لگا قبلہ توجہ قرآن دی روح نال قرآن دی گواہی نال قصیدہ پڑھن لگا آخری بنے تئی توجہ دا طالبان آواز توحید آئیے کیڑی یا ایوہ الرسول بلغ ما انزل علیک من ربک وان لم تفل فما بلغت رسالت واللہ یعصمک من الناس پہنچا دے سونا محمد پیغام اگر اے نہ پہنچایا اے کم نہ کیتا تے رسالت دا کوئی کم نہیں کیتا جیویں نبی دے پاسے پیغام آیا ہے اسی طریقے نال تواڈے نوکر نے پتر نے قلم چاہیے تے میں سطرہ لکھی ہیں جی میں کوشش کر کے جناب تک پہنچا سکیا تو ہر ہاتھ بلند ہو سی یا علی دی صدا بلند ہو سی لو جی آواز توحید آئیے گل یا رحمان دیے تھے یا قرآن دیے تھے یا نبیوں دے سلطان دیے رحمان دی قرآن دی نبیوں دے سلطان دی تے گواہی کل ایمان دی سر چوہے تو دینے بدار کرائے آواز توحید آئی رسول دے پاسے جڑا پیغام آیا یا ایوہ رسول او دا ترجمہ کیتے میں کیویں بلغ ما بلغ دا میں یعنی حکمن حکم دیتا ہے کیویں لو جی آواز توحید کیڑی ہے یہ رسول دے پاسے سارے دی جان سارے جناب سناوا سارے میں حکم سنا چا سارے میں حکم جوڑا جا سارے میں حکم جوڑا جا سارے میں سر میں بھائی جان میں صدر پڑھنی ہر ہاتھ بلند ہو سی
क्या बात है सुन दे सड़क जावा मर के इंजाका एक हाथ ने या सैयदा मेरी मदद करी एक हाथ को इतना पसंद किया जितना खुदा ने चाहता उतना बुलंद किया। काम केड़े कीते भवन वाले त्रिखिए सवारियां दे पलान दा हाल है त्रिखिए सवारियां दे पलान दा हाल है पलान दा हाल है 70 पलान दा मेंबर बन गया। एक गल भाई जान मौल दे प्यारे ते बेहतरीन मुल्क ते नाम बरदा करो एक गल मैं करनी है अरबी च एक गल मैं करनी है अपने सराइकी च देख सा कितने पहुंच दो नबिया दे सुल्तान 70 पलहान का मेंबर बना के ना ते हकल मार के पैदल या अली इलैया हुण सुनाए नबी फरमाया या अली इलैया यानी सराइकी च आखा नबी आख्या या अली इलैया या अली मेरे करीब आओ अली करीब आए नबी दे सुल्तान ने अपनी दस्तार लहा के उस सर ते रखी है जिथे नबी दी दस्तार जचती आई जिथे ठुकदी आई जड़ा हकदार आई सर ते रखी एन फिरा दा हाथ न पिया हाथ बुलंद कर लगे आवाज तौहीद आई सोना मुहम्मद एक गल दा ख्याल करें ऐलान तो पहले एक गल दा ख्याल भी करें ते ऐलान तो पहले एक कम जरूर करें मालिक खालिक पाण लाला केड़ा कम करना है आवाज तौहीद आई भाई
ਬੜੀ ਮਿਹਰਬਾਨੀ ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ ਮਾਲਕ ਬੜੀ ਮਿਹਰਬਾਨੀ ਮਾਲਕ ਤੁਹਾਡੀ ਮੁਹਾਫਜ਼ਤ ਫਰਮਾਵੇ ਕਾਫੀ ਪੜ ਗਿਆ ਮਾਲਕ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਵੇ ਬਾਬਾ ਬਿਸਮਿਲ੍ਲਾ ਭਾਵੇਂ ਤ੍ਰੈ ਰਾਤ ਦਾ ਮੈਂ ਜਾਗਿਆ ਹੋਇਆ ਠੀਕ ਹੈ ਕੋਈ ਗੱਲ ਨਹੀਂ ਬਾਬਾ ਮੈਂ ਰਾਤ 2 ਵਜੇ ਰਾਤ ਮੈਂ ਲੜਕਾ ਨੇ ਸਿੰਘ ਮੈਂਬਰ ਛੋੜਿਆ ਬਸ ਬਸ ਸਫ਼ਰ ਹੀ ਸਫ਼ਰ ਆਈ ਕੱਲ੍ਹ ਰਾਤ ਵੀ ਉਸ ਤੋਂ ਪਿਛਲੀ ਰਾਤ ਵੀ ਸ਼ਬੇਦਾਰੀਆਂ ਮਜਾਲਸ ਤੁਹਾਨੂੰ ਪਤਾ ਤੇ ਚਲੋ ਲੇਕਿਨ ਭਾਈ ਇੱਕ ਹੁਕਮ ਦਿੱਤਾ ਹੈ ਮੈਂ ਹੁਕਮ ਦੀ ਤਾਮੀਲ ਜ਼ਰੂਰ ਕਰੇ ਨਾ ਕੋਸ਼ਿਸ਼ ਵਾਲੀ ਗੱਲ ਹੈ ਲੈਣ ਜਾਣੇ ਮੌਲਾ ਹੁਸੈਨ ਜਾਣੇ ਆਖਰੀ ਬੰਦੇ ਤਾਂ ਤਵੱਜੋ ਦਾ ਤਾਲਿਬਾ ਸਾਰਿਆਂ ਦੀ ਇਜਾਜ਼ਤ ਹੈ ਇਹ ਬਜ਼ੁਰਗ ਚਿਹਰੇ ਤਸ਼ਰੀਫ ਫਰਮਾਏ ਮੈਂ ਦਿਲ ਚਾਹੁੰਦਾ 170 ਬਜ਼ੁਰਗਾਂ ਨੂੰ ਬਜ਼ੁਰਗਾਂ ਦੇ ਹਿੱਸੇ ਦੀ ਸਲਾਮ ਸਰ ਚ ਮੈਂ ਲੈਣ ਬਦਾਰ ਕਰਾਏ ਆਖਰੀ ਬੰਦੇ ਤਾਂ ਤਵੱਜੋ ਦਾ ਤਾਲਿਬਾ ਲੈਣ ਜਾਣੇ ਮੌਲਾ ਹੁਸੈਨ ਜਾਣੇ ਮੈਂ ਕੋਸ਼ਿਸ਼ ਕਰ ਸਕਦਾ ਉਹਨਾਂ ਦੀ ਕਾਰ ਪੜ੍ਹਨਾ ਸਾਡੀ ਜ਼ਰੂਰਤ ਬਸਾਤ ਮਜਾਲ ਔਕਾਤ ਹੀ ਨਹੀਂ ਮੈਂ ਕੋਸ਼ਿਸ਼ ਕਰ ਸਕਦਾ ਕਿ ਜਨਾਬ ਨੂੰ ਜਿਵੇਂ ਮੁਕੱਦਮੀਨ ਜਿਸ ਰੰਗ ਵਿੱਚ ਪੜ੍ਹਦੇ ਹੁੰਦੇ ਹਨ ਉਹਨਾਂ ਦੀ ਕਬਰ ਦੀ ਮਿੱਟੀ ਦਾ ਸਦਕਾ ਸੀ ਲੋਕ ਜ਼ਾਕਿਰ ਬਣੇ ਆ ਅਤੇ ਠੀਕ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਲੱਗਾ ਸਾਰਿਆਂ ਦੀ ਇਜਾਜ਼ਤ ਹੈ ਜਨਾਬ ਨੂੰ ਸੁਣਾਵਾਂ ਬਾਈ ਸਾਊਂਡ ਵਾਲਿਆ ਅੱਗੇ ਜਿਵੇਂ ਚਲਾਈ ਸੋਹਣਾ ਚਲਾਈ ਹੁਣ ਥੋੜ੍ਹਾ ਜਿਹਾ ਤਾਵਨ ਕਰੀ ਕਸੀਦਾ ਬੜਾ ਪਿਆਰਾ ਜਿਹਾ ਸ਼ੁਰੂ ਕਰਨ ਲੱਗਾ ਲੈਣ ਜਾਣੇ ਵਾਲੋ ਸਾਰਿਆਂ ਦੀ ਇਜਾਜ਼ਤ ਹੈ ਜੀ ਸੁਣਾਵਾਂ ਜਨਾਬ ਨੂੰ ਪਿਛਲੇ ਦੇ ਗਿਆ ਬਾਈ ਸੁਣਾਵਾਂ ਯਾਰ ਚੁੱਪ ਤੁਸੀਂ ਕਰ ਗਏ ਫੜ ਨਾ ਬੈ ਦੇਖੋ ਯਾਰ ਇਤਰਤ ਮਜ਼ਾਦ ਹਾਜੀ ਹੋ ਜੀ ਉਹ ਪੜੋ ਜੀ ਠੀਕ ਹੈ ਯਾਰ ਪੜਨਾ ਮੈਂ ਤੁਸੀਂ ਸੁਣਨਾ ਤਵੱਜੋ ਨੌਕਰ ਦੇ ਬਸ ਕਰਾਇਆ ਇਜਾਜ਼ਤ ਹੈ ਜੀ ਸੁਣਾਵਾਂ ਬਜ਼ੁਰਗਾਂ ਦੀ ਇਜਾਜ਼ਤ ਹੈ ਹਾਂ
سکتا ہے جو معشوق دی ہو صدقے صدقے بسم اللہ کر زندگی حضرات میں بسم اللہ کرا سونا بولے ہو تو جو طالبہ بسم اللہ کرنا چاہتا ہوں بڑی مہربانی تھوڑے ویڑے وسن بھائی اب ہاتھ اشار دو سر چوہے تو جنے بیدار کرائے پھر کوشش کرنے لگا کوشش کرنے لگا بھائی جان لین جانے مولا حسین جانے آخر بنی تو توجہ کا طالبہ سر چوہ میں گل گیا کہ بھائی میں باتے قاتل چوپری فقط مادا او کوئی ہرمل ہیو جی تیر چلایا حال جگر گیا ہر ہر ماہ صدقے 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 تیر چلایا حال جگر گیا ہر ہر مادا بسم اللہ بسم اللہ کرا زندگی ہوئی صدقے حسین دی ماں دے وال کھلی ہوئے رو رو کے پیا دی ایکو کہڑے جرم وچ ماریا نے ایتھا کہے کو کچھ نہیں ہائے حسین ہائے حسین دے فقیر وال آہا جی جی کا چلو کرا جی 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 ایکو کہڑے جرم وچ ایکو کہڑے کہیں تو کچھ نہیں صدقے مقدمین لاگرین ایک وین پڑھ دیو جائے بزرگاں دا کوین پڑھنا چاہنا بزرگ دا کر پڑھ دیو دے ہر مذہب دا قانون ہوندا ہے دے دے جرم کڑے ایک سزا ہے پر مسلمان وچ کر بل دے قانون دے تئی بد صدقے صدقے پردا پیا کٹھا پتا کمر پٹی کیتا خنجر دے نال شاباش نال جی بسم اللہ جی 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 نوکرا جی او پہلے تیر لگا وقت کمر پٹی کیتا خنجر دے نال میں سمجھو نا سیدادی ہے میری مرشدادی ہے میں بسم اللہ
ਸੜਕਾ ਜਾਵਾਂ ਇਹ ਕਫਨ ਘੇਰਾਈਏ ਆਜ਼ਾਦੀ ਦੀ ਇਹ ਕਫਨ ਆ ਗਿਆ ਅਲੀ ਅਸਗਰ ਦਾ ਕਫਨ ਆਜ਼ਾਦਾਰੋ ਇਹ ਸਫੇਦ ਚੋਲਾ ਬੀਬੀ ਰਬਾ ਪਵਾਇਆ ਹਾਏ ਇਹ ਕਫਨ ਅਲੀ ਅਸਗਰ ਮਾਸੂਮ ਦਾ ਕਫਨ ਅਲੀ ਅਸਗਰ ਦਾ ਕਫਨ ਇਹ ਕਫਨ ਇਹ ਦੋ ਚੋਲੇ ਇਹ ਹੁਣ ਵੀ ਹੋ ਸਕਦਾ ਇਨਸ਼ਾਅੱਲਾ ਦੋ ਚੋਲੇ ਹੋਵੇ ਕਫਨ ਗਈ ਨਾ ਉਹ ਤਮੈਂ ਹੀ ਚਪੜਦਾ ਮਿੰਬਰ ਦੀ ਅਗਮਤ ਦੀ ਕਸਮ ਵੀ ਖਾਏ ਨੌਕਰ ਦੇ ਪਾਸੇ ਅੱਛਾ ਹਿਕਮੈਨ ਪੜਦਾ ਯਾ ਸੈਦਾ ਅਜ਼ਾਦਾਰੋ ਇਹ ਤਾਂ ਤੁਸੀਂ ਕਫਨ ਕਿ ਨਾ ਹੋ ਆਓ ਦਸਾਵਾਂ ਕਰਬਲਾ ਹੋਇਆ ਕਿਵੇਂ ਪੈਦਾ ਹਿਕ ਮਕਤੂਲ ਕੋ ਕਰਬਲ ਵਿੱਚ ਸ਼ਬੀਰ ਨੇ ਖੁਦ ਦਫਨਾਇਆ ਰੱਬ ਜਾਣੇ ਕੀ ਵੇ ਕਬਰ ਖੱਟੀ ਸ਼ਾਹ ਕਿਹੋ ਜਿਹਾ ਕਫਾ ਕਫਾਨ ਪਵਾ ਮਾਹੌਲ ਹੋਰ ਬਣ ਗਿਆ ਲੈ ਉਹ ਝੂਲਾ ਮਾਹੌਲ ਬਣ ਗਿਆ ਮੈਂ ਹੁਣ ਇੰਤਜ਼ਾਰ ਕਰਦਾ ਜੀ ਉਹ ਬੋਲੂ ਨਾ ਆਪਣੀ ਬੈਠ ਰਹੋ ਮੋਮਨ ਬੈਠ ਰਹੋ ਯਾਰ ਮੈਂ ਸਿਰਫ ਪੀਂਗਾ ਮੰਗਾਇਆ ਬਾਈ ਉਹ ਰੱਬ ਜਾਣੇ ਕੀ ਵੇ ਕਬਰ ਖੱਟੀ ਸ਼ਾਹ ਕਿਹੋ ਜਿਹਾ ਕਫਾਨ ਸਿਰਫ ਪੀਂਗਾ ਕਿਆ ਵੇ ਮੋਮਨ ਬੈਠ ਰਹੋ ਮੈਂ ਤੁਹਾਡਾ ਨੌਕਰ ਬੈਠ ਰਵੇ ਕਬਰ ਬਣਾ ਕੇ ਚਾ ਆਪ ਨਿਸ਼ਾਨ ਜਿਹੜਾ ਮਾਤਮ ਕਰਨਾ ਦਿਖਾ ਨਾ ਕਰਦੇ ਪਾਸੇ ਮਿੰਬਰ ਦੀ ਅਨਮਤ ਦੀ ਕਸਮ ਹੈ ਆਓ ਮੈਂ ਵੈਣ ਸੁਣੈ ਨਾ ਅਜ਼ਾਦਾਰੋ ਇਹ ਝੂਲੇ ਬੀਬੀ ਰਬਾਬ ਦੀ ਹਜ਼ਰਤ ਆਈ ਜਦਾਂ ਸਮਝੀ ਹੈ ਸ਼ਾਮੇ ਗਰੀਬਾ ਉੱਚਾ ਵੈਣ ਕਰਕੇ ਰੋ ਰੋ ਕੇ ਪਿਆ ਦੀ ਆਸ ਗਏ ਤੂੰ ਝੂਲੇ ਦੇ ਵਿੱਚ ਸਮ ਤੈਨੂੰ ਲੋਰੀ ਸੁਣਾਵਾ ਮੈਂ ਆਸ ਗਏ ਤੂੰ ਝੂਲੇ ਦੇ ਵਿੱਚ ਸਮ ਹਸਰਤ ਅੱਲਾ ਦੀ ਰਾਤ ਸਾਲ ਕਵੇ ਤੁਸੀਂ ਕਫਨ ਗਿਨਾਇਓ ਹੁਸੈਨ ਦਾ ਫਨ ਪਕੜਦਾ ਹਾਂ ਯਾ ਸੁਗਰਾ ਦਾ ਕਾਸਿਦ ਆਇਆ ਹੁਸੈਨ ਦੇ ਹੱਥਾਂ ਤੇ ਜੋ ਦਿੱਤਾ ਹੈ ਬਿੰਬਰ ਦੀ ਕਸਮ ਹੈ ਬੀਬੀ ਰਬਾਬ ਡਿੱਠਾ ਹੈ ਅਲੀ ਇਸ ਗੱਲ ਉੱਤੇ ਛੁੱਟੀ ਤੇ ਰੋ ਰੋ ਕੇ ਪਈਆ ਦੀ ਦੋ ਚੋਲੇ ਸਗਰਾ ਬੇਜੇ ਲੱਗੇ ਲਿਖਾ ਸਦ ਵਤਾਲ ਤੇ ਆਇਆ ਦੋ ਚੋਲੇ ਸਗਰਾ ਬੇਜੇ ਲੱਗੇ ਲਿਖਾ ਸਦ ਵਤਾਲ ਤੇ ਆਇਆ ਮੈਂ ਨਵੀਂ ਰਸਗਰ ਕੋ ਚਾਰ ਸਾਲ ਦੀ ਬੱਚੀ ਭਾਜ ਪਈ ਹੈ ਅਸਗਰ ਦੀ ਕਮਰ ਦਾ ਕੇ ਰੋ ਰੋ ਕੇ ਪਈ ਆਦੀ ਅਮਣੀ ਨਾਲਾ ਲਿਖੇ ਚਾਇਆ ਭੈਣੇ ਨਾਲਾ ਲਿਖੇ ਅਸਗਰ ਨਜ਼ਰ ਨਹੀਂ ਆਇਆ ਰੋ ਰੋ ਕੇ ਪਿਆ ਦੀਏ ਅਸਗਰ ਮੁਹਰਮ ਸੰਗਤ ਨਾਮਾ ਦੀ ਤੋੜੇ ਹਾਏ ਅਸਗਰ ਉੱਚਾ ਵੈਣ ਕਰਕੇ ਪਿਆ ਦੀਏ ਪਿਆ ਫਜਰ ਦਾ ਤਾਰਾ
اصغر